ਦੁਖੀਆਂ ਦੀ ਕਿਹੜੀ ਜ਼ਿੰਦਗੀ, ਦੁਖੀਆਂ ਦਾ ਕਿਹੜਾ ਹਾਲ, ਦੁਖੀਆਂ ਦੀ ਕਿਹੜੀ ਜ਼ਿੰਦਗੀ, ਦੁਖੀਆਂ ਦਾ ਕਿਹੜਾ ਹਾਲ। ਦਰ ਦਰ ਤੇ ਧੋਖੇ ਮਿਲਦੇ ਨੇ, ਦਰ ਦਰ ਤੇ ਧੋਖੇ ਮਿਲਦੇ ਨੇ, ਜੀਣਾ ਬੜਾ ਮੁਹਾਲ, ਦੁਖੀਆਂ ਦੀ ਕਿਹੜੀ ਜ਼ਿੰਦਗੀ। ਬਹੁਤ ਜ਼ਿਆਦਾ ਤਕਲੀਫ ਹੈ, ਸਾਡਾ ਰਾਹ ਰਸਤੇ ਬਹੁਤ ਮਜਬੂਰੀਆਂ ਹਨ। ਅੱਲਾ ਪਾਕ ਆਬਾਦ ਰੱਖੇ। ਮੁਜੀਬ ਖਾਨ ਕੋਲ ਸਾਡੇ ਨਾਲ ਮਦਦ ਕੀਤੀ ਹੈ, 200 ਘੰਟਾ ਦਿੱਤੇ ਸੀ। ਅਸਾਂ ਆਵਾਮ ਸਾਰੇ ਜਿਹੜਾ ਨਾ ਉਹਦਾ ਸ਼ੁਕਰੀਆ ਅਦਾ ਕਰੇ ਨੇ, ਅਤੇ ਸਿਆਸਤ ਨੂੰ ਸ਼ੇਖ ਸਾਹਿਬ ਕੋਲ ਅਸਾਂ ਦੀ ਅਪੀਲ ਹੈ, ਸਾਡੇ ਨਾਲ ਮਦਦ ਕਰਨ ਵੋਟ ਦਿੱਤੇ ਸੀ। ਆਗਾਜ਼ ਖਾਨ ਹੈ, ਉਹਨੂੰ ਅਸਾਂ ਵੋਟ ਦਿੱਤੇ ਜਿਤਵਾਏ ਸੇ, ਉਹਨੂੰ ਅਪੀਲ ਕਰੇ ਨੇ ਸਾਡੇ ਨਾਲ ਇਮਦਾਦ ਕਰੇ, ਅਤੇ ਸਾਡਾ ਕੰਮ ਸ਼ੁਰੂ ਹੈ ਸੜਕ ਦਾ, ਅਤੇ ਇਹਦੇ ਬਾਅਦ ਅਸਾਂ ਕੁਬਾ ਬਈ ਵੀ ਉਮੀਦ ਹੈ ਜੋ ਸਾਡੇ ਨਾਲ ਮਜ਼ੀਦ ਵੀ ਇਮਦਾਦ ਕਰਨ ਅਤੇ ਮਦਦ ਕਰਨ। ਸ਼ੁਕਰੀਆ ਅਦਾ ਕਰਦੇ ਪਏ, ਅੱਲਾ ਇਹਨਾਂ ਖੁਸ਼ ਰੱਖੇ ਜੋ ਸਾਡਾ ਤਵਾਂ ਕੀਤੇ ਨਾ ਸਾਡਾ ਰਸਤਾ ਬਣਦਾ ਪਏ। ਇੰਨਾ ਆਪ ਇੰਨਾ ਕਲ ਕਉ ਸਰ ਫਸਲ ਲੈ ਲੇ ਰੱਬੇ ਕਾ ਵਨ ਹਰ ਇੰਨਾ ਸ਼ਾਨ ਆਪਾ ਹੋਵਾ ਲਭ ਕਰ ਸਦਾ ਕੱਲਾ ਹੁਲ ਅਜ਼ੀਮ। ਅੱਲਾਹ ਪਾਕ ਉਹਦਾ ਭਲਾ ਕਰੇ ਜੈ ਸਾਡੇ ਨਾਲ ਇਹ ਇਮਦਾਦ ਕੀਤੀ ਹੈ। ਅਸਾਂ ਰਾਹ ਕੋਲ ਬਹੁ ਔਖੇ ਹੈ, ਭੇਡ ਬੱਕਰੀ ਦਾ ਜੰਗਲ ਵਿੱਚ ਰਾਹ ਹੈ, ਅਸਾਂ ਇਨਸਾਨ ਹੈ, 500 ਜੁਗਾ ਪਾਏ ਸਾਡਾ ਕਿਨਹੈ ਸ਼ਹਿਰ ਕੋਲ ਜਿੰਤੇ ਨਿਕਲ ਸਾਡਾ ਰਸਤਾ ਕੋਨੀ, ਤਾਂ ਵੋਟ ਵੀ ਜੰਮੇ ਹੈ ਅਤੇ ਪਿਉ ਡਾਡੇ ਦੇਂਦੇ ਖੜਨ ਅਤੇ ਅਸਾਂ ਵੀ ਦੇਂਦੇ ਖੜੇ ਹਾਂ, ਅਤੇ ਅੱਲਾ ਭੱਲਾ ਕਰੇ ਈਂਦਾ ਮੁਜੀਬ ਖਾਨ ਦਾ ਜੋ ਇਹ ਸਾਨੂੰ ਤਾਂ ਤਰਸ ਕੀਤਾ ਚਾ ਕੋਈ ਸਾਕੂ 200 ਘੰਟਾ ਦਿੱਤੇ ਸਾ, ਅਤੇ ਜ਼ਿਆਦਾ ਜਰ ਹੈ ਕਿ ਨਾ ਉਹਦਾ ਸ਼ੁਕਰੀਆ ਅਸਾਂ ਅਦਾ ਕਰੇ ਨੇ। ਬਾਕੀ ਜਿਸ ਤਰ੍ਹਾਂ ਸਿਆਸਤੀ ਹਨ ਇਹ ਉਹਨਾਂ ਕੋਈ ਅਪੀਲ ਕਰੇ ਨੇ ਜੋ ਜਿਤਨੀ ਮਿਹਰਬਾਨੀ ਸਾਡੇ ਨਾਲ ਥੀ ਸਕਦੇ ਨੇ, ਨਾ ਸਾਡਾ ਪੀਵਣ ਦਾ ਪਾਣੀ ਹੈ, ਨਾ ਸਾਡਾ ਕਿ ਨਾ ਹੀ ਸ਼ਹਿਰ ਕਨ ਕਹਿੰ ਪਾਸੇ ਨਿਕਲਣ ਦਾ ਰਾਹ ਕੋਨੀ, ਤੁਹਾਡੀ ਬੜੀ ਬੜੀ ਮਿਹਰਬਾਨੀ, ਜਿਤਨਾ ਤੁਹਾਡੇ ਕੋਲ ਤਾਵਨ ਥੀ ਸਕੇ ਸਾਡੇ ਨਾਲ ਵੱਤ ਵਿੱਚ ਅਸਾਂ ਅਕਸੂ ਜੋ ਥੋੜ੍ਹਾ ਕੀਤਾ ਨੇ, ਅਤੇ ਤੁਹਾਡੀ ਬੜੀ ਮਿਹਰਬਾਨੀ ਉਸ ਚੀਜ਼ ਜੋ ਤੁਸੀਂ ਸਾਡੇ ਨਾਲ ਅਹਿਸਾਨ ਸਾਡੇ ਉੱਤੇ ਲਾ ਛੋੜੋ। ਮੁਜੀਬ ਖਾਨ ਕੋ ਖੁਦਾ ਖੁਸ਼ ਰੱਖੇ, ਅਸਾਂ ਗਏ ਸੜਕ 200 ਘੰਟਾ ਸਾਫ਼ ਦਿੱਤੇ ਸੀ, ਮਜ਼ੀਦ ਵੀ ਅਸਾਂ ਉਮੀਦ ਰੱਖੇ ਨੇ ਉਹਦੇ ਉੱਤੇ ਜੋ ਇਨਸ਼ਾਅੱਲਾ ਸਾਡਾ ਜਿਹੜਾ ਵਾਅਦਾ ਕੀਤਾ ਉਹ ਪੂਰਾ ਕਰੇ ਸੀ ਅੱਲਾ ਦੇ ਹੁਕਮ ਨਾਲ। ਬਾਕੀ ਸੜਕ ਦਾ ਕੰਮ ਸਾਡਾ ਸ਼ੁਰੂ ਹੋਇਆ, ਸਾਡਾ ਦੇਖ ਲੋਕ ਸ਼ੁਰੂ ਹਨ, ਅਸਾਂ ਸੜਕ ਬਹੁਤ ਔਖੇ ਹੈ, ਰਸਤਾ ਸਾਡਾ ਉਹ ਕਹੇ ਕੋ ਨਾ, ਇਹ ਵਾਸਤੇ ਕਹਿਣ ਖੁਦਾ ਉਹ ਖੁਸ਼ ਰੱਖੇ। ਉਹ ਅਸਾਂ ਕੋ ਇਹ 200 ਘੰਟੇ ਦਾ ਐਲਾਨ ਕੀਤਾ, ਮਜ਼ੀਦ ਵੀ ਅਸਾਂ ਨਾਲ ਕਰੇ ਸੀ, ਕਰੇ ਸਾਂ ਕਮੀ ਕੋਸ਼ਿਸ਼ ਜਿਹੜੀ ਹੋ।
ਬਾਕੀ ਅਸਾਂ ਪੂਰੀ ਕਰੇ। ਬਾਕੀ ਸਾਡਾ ਪਾਣੀ ਦਾ ਮਸਲਾ ਹੈ, ਪਾਣੀ ਦਾ ਮਸਲਾ ਹੈ, ਸਾਡੇ ਬੋਰਿੰਗ ਡੂ ਲੱਗੇ ਖੜੇ ਨੇ, ਲੇਕਿਨ ਉਹਦੀ ਪਾਈਪ ਲਾਈਨ ਕੋਈ, ਉਹ ਸਿਰਫ ਇਵੇਂ ਖੜੇ ਨੇ ਥਾਏ ਨਾ। ਅਸਾਂ ਕਨ ਸ਼ਹਿਰ ਕੋਲ ਵੀ ਪਰੇ ਹਨ, ਜੋ ਓਵਰਫਲੋ ਪਾਣੀ ਅਸਾਂ ਭਰੂ, ਸ਼ਹਿਰ ਕੋਲ ਹੀ ਪਰੇ ਹਨ, ਉਹਦੀ ਪਾਈਪ ਲਾਈਨ ਕੋਈ। ਦੂਜਾ ਸਾਡਾ ਸਕੂਲ ਜੇ ਰਹੇ, ਸਕੂਲ ਸਾਡਾ ਪਹਿਲੇ ਤਾਂ ਮੈਂ ਉਡੀਵਾਰੂ ਕੋ ਆਖੇ, ਜਿਹੜੀ ਡਿਵਾਰੂ ਆਇਆ ਹੈ ਥਾਈ, ਤਾਂ ਉਹ ਮੈਂ ਆਖੇ ਮਿਹਰਬਾਨੀ ਕਰਕੇ ਅਸਾਂ ਕੋ ਮਿਡਲ ਦਾ ਦਰਜਾ ਜਾਂਦਾ ਸਕੂਲ ਦਾ ਡਿਓ ਚਾ, ਜੋ ਸਾਡੇ ਬੱਚੇ ਵੇਂਦੇ ਨੇ ਫਜਰ ਕੋ ਸਵੇਰੇ, ਸਰਦੀ ਗਰਮੀ ਦੇ ਉੱਤੇ ਵੇਂਦੇ ਨੇ, ਜਾਂ ਪੰਛੀ ਪੜ ਕੇ ਜ਼ਾਇਆ ਥੀ ਵੇਂਦੇ ਨੇ, ਛੋੜੇ ਨੇ ਰਾਣੇ, ਅਤੇ ਮਿਹਰਬਾਨੀ ਕੀਤੀ ਵਜੇ ਜੋ ਅਸਾਂ ਕੋ ਮਿਡਲ ਦਾ ਦਰਜਾ ਦਿੱਤਾ ਵਜੇ ਸਕੂਲ ਦਾ। ਬਸ ਕੋ ਇਨਸ਼ਾਲਾ ਉਮੀਦ ਰੱਖੇ ਨੇ ਉਹਦੇ ਉੱਤੇ, ਜੋ ਕਿ 2-2.5 ਮਹੀਨੇ ਦੇ ਬਾਅਦ ਮੈਂ ਤੁਹਾਨੂੰ ਰੋੜਾ ਸਿੰਗਲ ਜਾਂ ਕਰਦੇ ਸਾਂ, ਤਾਂ ਇਨਸ਼ਾਲਾ ਅਸਾਂ ਉਮੀਦ ਰੱਖੇ ਨੇ ਸਾਡੇ ਪੱਕਾ ਹੀ ਕੀਤਾ ਵਜੇ, ਜੋ ਪੱਕਾ ਕਰ ਦਿੱਤਾ ਵਜੇ, ਜੋ ਸਾਡਾ 300-400 ਜੁਗਾ ਹੈ ਕਮ ਅਜ਼ ਕਮ, ਸਾਡਾ 700-800 ਲਾ ਵੀ ਜ਼ਿਆਦਾ ਹੈ ਵੋਟ ਸਾਡਾ, ਤਾਂ ਅਸਾਂ ਬਹੁਤ ਔਖੇ ਥੀਂਦੇ ਹਾਂ। ਅਸਾਂ ਜੇ ਰਹਿ ਕਨਾ ਅਸਾਂ ਉਮੀਦ ਰੱਖੇ ਨੇ ਜੋ ਇਨਸ਼ਾਲਾ ਅਸਾਂ ਕੋਈ ਪੱਕਾ ਵੀ ਕਰ ਰਹੇ ਸਾਂ। ਬਾਕੀ ਅਸਾਂ ਇਨਸ਼ਾਲਾ ਸਾਡਾ ਕੰਮ ਮੁਜੀਬ ਖਾਨ ਹੁਣੀ ਕਰਨ ਦਾ ਪਾਇਆ ਸਵਾ, ਅਤੇ ਉਮੀਦ ਰੱਖੇ ਨੇ ਬਸ ਜੋ ਅਸਾਂ ਕੋ ਇਹ ਬਾਕੀ ਕੰਮ ਇਨਸ਼ਾਲਾ ਪੱਕਾ ਵੀ ਕਰ ਰਹੇ ਸਾਂ, ਉਮੀਦ ਰੱਖੇ ਨੇ। ਰਹਿਮਾਨ ਰਹੀਮ, ਆਊਜ਼ੁ ਬਿੱਲਾਹਿ ਮਿਨ ਸ਼ੈਤਾਨ ਰਜੀਮ। ਸਰਦਾਰ ਮੁਜੀਬੁੱਲਾ ਖਾਨ ਸਾਕੂ ਅੱਲਾ ਉਹਨੂੰ ਬਹੁ ਦੇਵੇ, ਅੱਲਾ ਤਾਲਾ ਉਹਨੂੰ ਮਜ਼ੀਦ ਤਰੱਕੀ ਦੇਵੇ। ਈ ਗਰੀਬ ਆਵਾਮ ਤੇ ਉਹ ਤਰਸ ਕੀਤੇ, 200 ਘੰਟਾ ਸਾਕੂ ਰੋਡ ਦਾ ਦੇ ਦਿੱਤੇ, ਮਜ਼ੀਦ ਵੀ ਉਮੀਦ ਰੱਖੇ ਨੇ ਮੁਜੀਬ ਰਹਿਮਾਨ ਤੇ। ਅਸਾਂ ਕੋ ਉਮੀਦ ਹੈ ਜੋ ਸਾਕੂ ਇਹ ਰੋਡ ਪੱਕਾ ਵੀ ਕਰ ਦੇ ਸੀ, ਬਣਾ ਵੀ ਦੇ ਸੀ, ਮਜ਼ੀਦ ਸਭ ਘੰਟੇ ਵੀ ਦੇ ਸੀ, ਔਰ ਕੋਈ ਸਿਆਸੀ ਵੀ ਆ ਕੇ ਸਾਡੇ ਉੱਤੇ ਤਰਸੀ ਕਰੇ ਸੀ। ਸਾ ਹਰ ਸਿਆਸੀ ਕੋਈ ਦਰਖਾਸਤ ਦਿੰਦੇ ਆਏ, ਮਿਖੈਲ ਖਾਨ ਕੋਈ, ਗੰਡਾਪੁਰ ਖਾਨ ਕੋਈ, ਸ਼ੇਖ ਯਾਕੂਬ ਕੋਈ, ਹਰ ਮੌਲੀ ਕੋਈ, ਹਰ ਆਦਮੀ ਦੀ ਅਸਾਂ ਉਮੀਦ ਰੱਖੇ ਨੇ ਘਰੇ ਦੀ ਆਵਾਮ। ਸਾਡਾ ਪਾਣੀ ਦਾ ਵਸੇਲ, ਸਾਡਾ ਇਹ ਰੋਡ ਦਾ ਵਸੇਲ, ਸਾਡੇ ਸਕੂਲਾਂ ਦੇ ਵਸੇਲ, ਸਾਡੇ ਬਹੁ ਮਹਰੂਮੀਆਂ ਹਨ, ਅਸਾਂ ਗਰੀਬ ਲੋਕ ਹੈ, ਸਾਡੇ 'ਤੇ ਕੋਈ ਵੀ ਸਿਆਸੀ ਆ ਕੇ ਤਰਸ ਕਰੇ ਤਾਂ ਉਹਦੀ ਮਿਹਰਬਾਨੀ ਹੋ ਸੀ, ਸਾਡੇ ਉੱਤੇ ਹੱਕ ਹੈ। ਅਸਾਂ ਮਜ਼ਲੂਮ ਲੋਕ ਹੈ, ਗਰੀਬ ਲੋਕ ਹੈ, ਅਸਾਂ ਦੇਖ ਹੁਣੇ ਜ਼ਲੀਲ ਵਧੇ ਹਾਂ, ਸਾਡੇ ਰਸਤੇ ਕੋਈ, ਸਾਡਾ ਕਬਰਿਸਤਾਨ ਵੀ ਚੌਧਵਾਨ ਹੈ, ਅਸਾਂ ਮੁਰਦਾ ਵੀ ਇੱਥਾਂ ਨੇ ਬਣਾਉਂਦੇ, ਮਰੀਜ਼ ਸਾਡਾ ਘਰ ਦੇ ਵਿੱਚ ਮਤਲਬ ਉੱਥਾਂ ਹੀ ਫੋਤ ਥੀ ਵੇਂਦੇ, ਬਾਰਿਸ਼ ਲਾਇਆ ਵੇਂਦੇ, ਸਾਡਾ ਰਸਤਾ ਹੀ ਕੋਈ ਨਹੀਂ। ਅਸਾਂ ਇਤਨੇ ਤਕਲੀਫ ਵਿੱਚ ਆਏ, ਇਤਨੇ ਮਜ਼ਲੂਮ ਲੋਕ ਹੈ, ਸਾਡੇ 'ਤੇ ਕੋਈ ਵੀ ਸਿਆਸੀ ਮਿਹਰਬਾਨੀ ਕਰੇ ਉਹ ਵੀ ਕਰ ਸਕਦੇ, ਹਰ ਆਦਮੀ ਕੋ ਹੱਕ ਹੈ, ਆਵੇ ਅਸਾਂ ਨਾਲ ਮਿਲੇ, ਅਸਾਂ ਨਾਲ ਗਾਲ ਕਰੇ, ਅਸਾਂ ਉਹਦੇ ਨਾਲ ਮਿਲਸੂ, ਗਾਲ ਕਰੇ ਸੂ। ਇਹ ਮੁਜੀਬ ਖਾਨ ਦਾ ਭਲਾ ਥੀ ਵੇ, ਸਾਕੂ 200 ਘੰਟਾ ਦੇ ਦਿੱਤੇ, ਅਸਾਂ ਉਹਦਾ ਸ਼ੁਕਰੀਆ ਅਦਾ ਕਰਦੇ। ਨਾਲ ਨਾਲ ਈ ਗਾਲ ਦੇ ਸੀ ਚੋ ਸਾਹਿਬ ਵੀ ਮੇਰੇ ਗਾਲ ਰੱਖੀਏ, ਜੋ ਮੈਂ ਵੀ ਨਾਲ ਚੰਦਾ ਦੇਣਾ, ਪੁਲਿਸ ਦਾ ਵੀ ਭਲਾ ਥੀ ਵੇ। ਇਸ ਚੋ ਸਾਹਿਬ ਵੀ ਸਾਡੇ ਨਾਲ ਤਾਵਾਂ ਨਹੀਂ, ਬਿਲਕੁਲ ਈ ਗਾਲ ਦੇ ਵਿੱਚ ਹੈ ਪਿਆ, ਉਹਦਾ ਵੀ ਖੁਦਾ ਭਲਾ ਰੱਖੇ ਚੌਧਵਾਨ ਥਾਣੇ ਦਾ। ਤਾਂ ਅਸਾਂ ਉਮੀਦ ਰੱਖੇ ਨੇ ਹਰ ਸਿਆਸੀ ਦੇ ਉੱਤੇ, ਔਰ ਸਾਡਾ ਹੱਕ ਹੈ ਅਸਾਂ ਕੋ ਦੇਵੇ ਨਾ, ਅਸਾਂ ਮਜ਼ਲੂਮ ਲੋਕ, ਗਰੀਬ ਲੋਕ, ਪਾਣੀ ਕੋਲ ਤਕਲੀਫ ਹੈ, ਲਾਈਨ ਦੀ, ਰੋਡ ਦੀ। ਤਾਂ ਅਸਾਂ ਉਮੀਦ ਰੱਖੇ ਨੇ ਮੁਜੀਬ ਖਾਨ 'ਤੇ, ਮਜ਼ੀਦ ਵੀ ਉਮੀਦ ਰੱਖੇ ਨੇ ਹੈ, ਔਰ ਹਰ ਸਿਆਸੀ ਤੋਂ ਉਮੀਦ ਰੱਖੇ ਨੇ ਆ ਕੇ ਸਾਡੀ ਇਹ ਮਜ਼ਲੂਮੀ, ਸਾਡੀ ਗਾਲ ਸੁਣਨ, ਸਰ ਆ ਕੇ ਗਾਲ ਕਰਨ, ਸਾਰੇ ਨਾਲ ਮਤਲਬ ਇਤਾਵਨ ਕਰਨ, ਇਹਨਾਂ ਦੀ ਮਿਹਰਬਾਨੀ ਹੋ ਸੀ। ਅਸਲਾਮ ਅਲਹਮਦੁਲਿਲਾਹਿ ਰੱਬਿਲ ਆਲਮੀਨ, ਸਾਰੇ ਤਰੀਫਾਂ ਉਹ ਮਾਲਕ ਹੈ ਕਾਇਨਾਤ ਵਾਸਤੇ ਜਿਹਨੇ ਕਬਜ਼ੇ ਕੁਦਰਤ ਦੀ ਸਹੀ ਜਾਨ ਹੈ। ਜਨਾਬ ਅਲੀ ਯੂਸੀ ਚੌਧਵਾਨ ਦੀ ਵਿੱਚ ਗਰੇ ਖੁਨਜ਼ਾਦੇ ਦਾ ਇੱਕ ਅਹਿਮ ਮਸਲਾ ਹੈ ਰੋਡ ਦਾ, ਜਿਹਦੀ ਵਜ੍ਹਾ ਕੋਲ ਅਸਾਂ ਅਰਸਾ ਦਰਾਜ਼ ਕੋਲ ਬਹੁਤ ਸਾਰੇ ਔਖੇ ਹੈ, ਪੂਰਾ ਸ਼ਹਿਰ ਇਹ ਮਸਲੇ ਦੀ ਵਜ੍ਹਾ ਕੋਲ ਪਰੇਸ਼ਾਨ ਹੈ। ਬਾਰਿਸ਼ ਥੀ ਵੇਂਦੀ ਹੈ ਜਾਂ ਕੋਈ ਪਾਣੀ ਸ਼ਾਣੀ ਆ ਵੇਂਦੇ ਤਾਂ ਉਹਦੀ ਵਜ੍ਹਾ ਕੋਲ ਅਸਾਂ ਬਾਹਰ ਨਾ ਨਿਕਲ ਸਕਦੇ, ਸਾਡੇ ਮਰੀਜ਼ ਤੜਪ ਤੜਪ ਕੇ ਮਰ ਵੇਂਦੇ ਨੇ, ਔਰ ਸਾਡੇ ਬੱਚੇ ਤੜਪ ਤੜਪ ਕੇ ਮਰ ਵੇਂਦੇ ਨੇ, ਅਸਾਂ ਬਾਹਰ ਨਾ ਨਿਕਲ ਸਕਦੇ, ਔਰ ਖਾਸ ਕਰ ਅਗਰ ਕੋਈ ਕੇਸ ਵਗੈਰਾ ਹੋਵੇ ਤਾਂ ਉਹਦੀ ਵਜ੍ਹਾ ਕੋਲ ਬਹੁਤ ਸਾਰੀ ਪਰੇਸ਼ਾਨੀ ਹੁੰਦੀ ਹੈ। ਕਹੇ ਕਿਸਮ ਦਾ ਵੀ ਅਸਾਂ ਕਾਰੋਬਾਰ ਨਾ ਕਰ ਸਕਦੇ, ਜਿਹੜਾ ਬਹੁਤ ਸਾਰਾ 1947 ਕੋਲ ਲਾ ਕੇ ਅੱਜ ਤੱਕ ਅਸਾਂ ਮਸਲੇ ਦੇ ਪਿੱਛੋਂ ਲੱਗੇ ਪਏ, ਕਹੇ ਸਿਆਸੀ ਸਾਡਾ ਕੋਈ ਹੱਲ ਨਹੀਂ ਕੱਢਾ। ਹਰ ਇਲੈਕਸ਼ਨ ਦੇ ਵਿੱਚ ਸਾਡੀ ਇਹੀ ਕੰਪਲੇਨ ਹੁੰਦੀ ਹੈ ਕਿ ਆ ਕੇ ਸਾਰਾ ਰੋਡ ਦਾ ਮਸਲਾ ਹੱਲ ਕਰੋ, ਲੇਕਿਨ ਕਹਿ ਵੀ ਨਹੀਂ ਕੀਤਾ। ਅੱਜ ਅਲਹਮਦੁਲਿਲਾ ਅਸਾਂ ਆਪਣੀ ਮਦਦ ਆਪ ਦੇ ਤਹਿਤ ਲੱਗੇ ਪਏ, ਔਰ ਸ਼ੁਕਰ ਗੁਜ਼ਾਰ ਹੈ ਜਨਾਬ ਸਰਦਾਰ ਮੁਜੀਬ ਖਾਨ ਦੇ ਕਿ ਉਹ ਸਾਕੂ 200 ਘੰਟੇ ਦੀ ਇਮਦਾਦ ਕੀਤੀ ਹੈ ਟਰੈਕਟਰਾਂ ਦੀ, ਤਾਂ ਅਸਾਂ ਕੁਝ ਨਾ ਕੁਝ ਬਰਾਂਦ ਕਰ ਛੁੜੇ ਸੂੰ, ਮਜ਼ੀਦ ਵੀ ਅਸਾਂ ਉਹਦੇ ਕੋਲ ਉਮੀਦ ਰੱਖੇ ਨੇ, ਉਹ ਇਨਸ਼ਾ ਅੱਲਾਹ ਤਾਲਾ ਰਹਿਮਾਨ ਸਾਡੇ ਨਾਲ ਨਾਲ ਚੱਲ ਸੀ ਰੋਡ ਵਾਸਤੇ। ਔਰ ਸ਼ੇਖ ਯਾਕੂਬ ਕੋਲ ਵੀ ਦਰਖਾਸਤ ਕੀਤੀ ਅਸੀਂ ਪਹਿਲੇ ਵੀ, ਹੁਣ ਵੀ ਕਰਨੇ ਹੈ ਕਿ ਮਜ਼ੀਦ ਅਗਰ ਇਹਦੇ ਉੱਤੇ ਸ਼ੰਗਰ ਸਿੰਗਰ ਵਗੈਰਾ ਦਾ ਬੰਦੋਬਸਤ ਕੀਤਾ ਵਜੇ ਔਰ ਈ ਰੋਡ ਕੋ ਪਕਾਇਆ ਵਜੇ,
और पानी का साडा अहम मसला पानी का भी है और 10-15 लाख का खर्चा थिया खड़े जिंद को असा फायदा बिल्कुल ना चाहते पाए। बोर निकते खड़े खर्चा थिया खड़े लेकिन उनकी पाइपलाइन वगैरह का कोई बंदोबस्त कौन है। लिहाजा मेहरबानी करके शेख यकूब को दरख्वास्त करें और जनाब सरदार मुजीब खान को दरख्वास्त करें कि वो शेख साहब को अपील करें कि सारा पानी का मसला भी जल्दी जल्दी हल किया वजे। और सरदार मुजीब खान के असर बहुत शुक्र गुजार हैं जिन कोई कह किस्म का फंड भी नहीं आया उन अपनी जेब को सारी इमदाद की है। असा उन्हें बहुत शुक्र गुजार हैं। आइंद वास्ते असं उन्हें तावन करेसूँ तो सबको बहुत सारी उम्मीद है कि वो रोड वाला मसला जरा सारे नाल चले सी इन शाला तला रहमान सा कोई रोड पक्का करके दे सी। असं बहुत तकलीफ ही चाहें बहुत परेशानी के बीच हैं और बहुत सारे लोग जरा इस वजह को परेशान हैं। मेहरबानी करके सारे मसला जल्दी जल्दी हल किया वे। सारे दिहाड़ी ना मिले मे को दसाया सही मे को दसाया वाला बलावत पीछू दे ना ते आ समय रे वास्ते तस्वीर काट दिया।